ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਜਤਿੰਦਰ ਸਿੰਘ ਰਾਠੌਰ, ਬੇਬੇ ਨਾਨਕੀ ਸੇਵਾ ਰਸੋਈ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਲੈ ਕੇ ਤੇ ਅੱਜ 2 ਸਾਲ ਪੂਰੇ ਹੋਣ ਤੇ ਜਿਹੜੀਆਂ ਸੇਵਾਵਾਂ ਇਹਨਾਂ ਦੀਆਂ ਚੱਲ ਰਹੀਆਂ ਸੀ ਉਸ ਤੇ ਅੱਜ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਜਿਹੜੇ ਸੰਸਥਾ ਦੇ ਜਿਹੜੇ ਮੁੱਖ ਸੇਵਾਦਾਰ ਨੇ ਜਗਜੀਵਨ ਸਿੰਘ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਜਗਜੀਵਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਅ ਜੀ, ਕੀ ਉਪਰਾਲਾ ਚੱਲ ਰਿਹਾ? ਪਹਿਲਾਂ ਤਾਂ ਸਮੁੱਚੇ ਖਾਲਸਾ ਪੰਥ ਨੂੰ, ਸਮੁੱਚੇ ਜਗਤ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਅਸੀਂ ਪਿਛਲੇ 2 ਸਾਲਾਂ ਤੋਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਜੀ, ਮਾਤ ਗੁਜਰ ਕੌਰ ਜੀ ਦੀ ਅਸੀਸ ਦੇ ਨਾਲ ਬੇਬੇ ਨਾਨਕੀ ਰਸੋਈ ਦੀ ਆਰੰਭਤਾ ਹੋਈ ਸੀ ਕਿ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ 'ਤੇ ਕੋਈ ਭੁੱਖਾ ਨਾ ਸੌਵੇ, ਜਿਹਦੀ ਭੇਟਾ ਸਿਰਫ 20 ਰੁਪਈਏ ਰੱਖੀ ਗਈ ਸੀ। ਨਾਲ ਇਹ ਵੀ ਸੀ ਕਿ ਜਿਹੜਾ ਭੇਟਾ ਨਹੀਂ ਦੇ ਸਕਦਾ ਉਹਨਾਂ ਵਾਸਤੇ ਫਰੀ ਹੈ। ਅਤੇ ਕਿਲੋਮੀਟਰ ਤੱਕ ਜੇਕਰ ਤੁਸੀਂ ਸਾਨੂੰ ਦੱਸੋਗੇ ਕਿ ਕਿਲੋਮੀਟਰ ਤੱਕ ਕੋਈ ਇੱਥੇ ਆ ਵੀ ਨਹੀਂ ਸਕਦਾ ਤਾਂ ਸਾਡੇ ਸੇਵਾਦਾਰ ਉਹਦੇ ਘਰ ਜਾ ਕਰਕੇ ਆਪ ਭੋਜਨ ਪਹੁੰਚਾਉਣਗੇ। ਅਤੇ ਆਹ ਬਾਬਾ ਜੀ ਦੀ ਕਿਰਪਾ ਨਾਲ ਲਗਭਗ 2 ਸਾਲ ਹੋ ਗਏ ਨੇ, ਅੱਜ ਅਸੀਂ ਸ਼ੁਕਰਾਨਾ ਸਮਾਗਮ ਰੱਖਿਆ ਹੈ ਜਿਹਦੇ ਵਿੱਚ ਅਸੀਂ 20 ਰੁਪਏ ਦੇ ਵਿੱਚ ਇੱਕ ਥਾਲ ਰੱਖੀ ਹੈ ਜਿਹਦੇ 'ਚ ਮਟਰ ਪਨੀਰ ਹੈ, ਦਾਲ ਮੱਖਣੀ ਹੈ, ਮਿਕਸ ਵੈੱਜ ਹੈ, ਖੀਰ ਹੈ, ਰਾਇਤਾ ਹੈ, ਸੈਲਡ, ਮਤਲਬ ਇਸ ਤਰ੍ਹਾਂ ਦੀ ਬੜੀ ਵਧੀਆ ਥਾਲ ਬਣਾ ਕੇ, VIP ਥਾਲ ਕੇਵਲ 20 ਰੁਪਏ 'ਚ। ਨਾਲ ਹੀ ਡਾਕਟਰ ਪ੍ਰੇਮ ਆਯੁਰਵੈਦਾ ਮੋਹਾਲੀ ਤੋਂ ਉਹਨਾਂ ਨੇ ਦਵਾਈਆਂ ਦਾ ਲੰਗਰ ਲਾਇਆ, ਬਹੁਤ ਵਧੀਆ ਸੇਵਾ ਨਿਭਾ ਰਹੇ ਨੇ। ਨਾਲ ਹੀ ਇੱਥੇ ਜਿੱਥੇ ਅਸੀਂ ਖੜ੍ਹੇ ਹਾਂ, ਸਾਈ ਕਿਰਪਾ ਵੱਲੋਂ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਜਿਹਦੇ ਵਿੱਚ ਦਵਾਈਆਂ ਅਤੇ ਐਨਕਾਂ ਫ੍ਰੀ ਨੇ ਅਤੇ ਜਿਹੜੇ ਓਪਰੇਸ਼ਨ ਨੇ ਉਹ ਬਿਲਕੁਲ ਲਾਗ ਮਾਤਰ ਕੀਮਤ 'ਤੇ। ਅਤੇ ਇਹਦੇ ਨਾਲ ਹੀ ਬਿਲਕੁਲ ਪਰਲੇ ਪਾਸੇ ਦਸਤਾਰਾਂ ਅਤੇ ਪੱਗਾਂ ਦੀ ਡਾਈ ਦਾ, ਪੱਗਾਂ ਦੀ ਡਾਈ 20 ਰੁਪਈਏ, ਦੁਪੱਟਿਆਂ ਦੀ ਡਾਈ ਸਿਰਫ 13 ਰੁਪਈਏ ਦੇ ਵਿੱਚ। ਅਤੇ ਨਾਲ ਹੀ ਦੀਪਕ ਸਕੈਨਰ ਵੱਲੋਂ ਜਿਹੜਾ ਅਲਟਰਾਸਾਊਂਡ 750 ਤੋਂ 850 ਰੁਪਏ ਦਾ ਹੈਗਾ, ਉਹ ਸਿਰਫ 313 ਰੁਪਏ ਦਾ। ਅਤੇ ਜਿਹੜੇ ਸਿਟੀ ਸਕੈਨ, MRI ਜਿਹੜੇ ਕਿ 5-5 ਹਜ਼ਾਰ ਦੇ ਨੇ, ਉਹ ਸਿਰਫ 1313 ਰੁਪਏ ਦੇ ਵਿੱਚ। ਮੈਂ ਇੱਕ ਵਾਰੀ ਫਿਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਜੀ ਦਾ ਧੰਨਵਾਦ ਕਰਦਾ, ਨਾਲ ਹੀ ਸ਼ਹਿਰ ਵਾਸੀਆਂ ਦਾ, ਕਿਉਂਕਿ ਇਹ ਘਾਟੇ ਵਾਲਾ ਸੌਦਾ ਸੀ। ਸਾਰੇ ਨਗਰ ਨੇ ਪੂਰਾ ਸਾਥ ਦੇ ਕਰਕੇ, ਦਾਨੀ ਸੱਜਣਾ ਨੇ ਸਾਥ ਦੇ ਕਰਕੇ, ਦਸਵੰਧ ਦੇ ਕਰਕੇ, ਤਾਂ ਕਿ ਅਸੀਂ ਅੱਜ 2 ਸਾਲ ਪੂਰੇ ਮੁਕੰਮਲ ਕਰ ਸਕੇ। ਸੰਸਥਾ ਵੱਲੋਂ 2 ਸਾਲ ਪੂਰੇ ਹੋਣ 'ਤੇ ਵੀਰ ਜੀ ਨੇ ਦੱਸਿਆ, ਜਗਜੀਵਨ ਜੀ ਨੇ, ਵੀ ਜਿਹੜੇ ਸੰਸਥਾ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਸੀ, ਸਾਰੇ ਸਹਿਯੋਗ ਜਿਹੜੇ ਮਿੱਤਰਾਂ ਦਾ, ਦੋਸਤਾਂ ਦਾ ਸਹਿਯੋਗ ਕਰਕੇ ਇਹ ਸੰਸਥਾ ਕਰ ਰਹੀ ਹੈ। ਅਤੇ ਦਾਨੀ ਸੱਜਣ ਵੀ ਇਸ ਵਿੱਚ ਪਹੁੰਚੇ ਨੇ, ਕੇਸਰ ਸਿੰਘ ਜੀ ਜਿਹੜੇ ਪੰਜਾਬ ਪੁਲਿਸ ਤੋਂ ਨੇ, ਉਹ ਵੀ ਇੱਥੇ ਪਹੁੰਚੇ ਨੇ। ਕੇਸਰ ਸਿੰਘ ਜੀ, ਜਿਹੜਾ ਜਨਸੰਸਥਾ ਦਾ ਉਪਰਾਲਾ ਕਿੱਦਾਂ ਦੇਖਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬੀਬੀ ਨਾਨਕੀ ਦਾ ਜਿਹੜਾ ਰਸੋਈ ਵਾਲਾ 20 ਰੁਪਏ ਦੀ ਰੋਟੀ ਦੇ ਰਹੇ ਨੇ, ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਅਤੇ ਕੋਈ ਵੀ ਇੱਥੇ ਭੁੱਖਾ ਨਹੀਂ ਜਾ ਸਕਦਾ। ਜੇ ਕਿਸੇ ਕੋਲ 20 ਰੁਪਈਏ ਵੀ ਨਹੀਂ ਹੈਗੇ, ਉਹ ਵੀ ਇਹ ਫ੍ਰੀ ਦੇਣ ਨੂੰ ਤਿਆਰ ਨੇ। ਇਹ ਸਾਡੇ ਪ੍ਰਧਾਨ ਜੀ ਨੇ, ਜਿਨ੍ਹਾਂ ਨੇ ਉਪਰਾਲਾ ਇਹ ਸ਼ੁਰੂ ਕੀਤਾ ਹੋਇਆ, ਅਤੇ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਬਹੁਤ ਵਧੀਆ ਉਪਰਾਲੇ ਹੋ ਰਹੇ ਨੇ। ਧੰਨਵਾਦ ਜੀ। ਅਤੇ ਨੌਜਵਾਨ ਜਿਹੜੇ ਅਮਨ ਜੀ ਨੇ ਨਾਲ ਜੁੜੇ ਹੋਏ ਨੇ, ਇਹਨਾਂ ਦੇ ਪਿਤਾ ਜੀ ਵੀ ਨਾਲ ਜੁੜੇ ਹੋਏ ਸੀ, ਕਿੱਦਾਂ ਦੇਖਦੇ ਹੋ ਤੁਸੀਂ ਵੀ ਨਾਲ ਇਹਨਾਂ ਦਾ ਸਮਾਜ ਸੇਵਾ 'ਚ ਆਏ ਹੋ, ਕਿੱਦਾਂ ਦੇਖਦੇ ਹੋ ਇਹਨਾਂ ਦਾ ਜਿਹੜਾ ਉਪਰਾਲਾ ਜੀ? ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ ਮੇਰੇ ਫਾਦਰ ਸਾਹਿਬ ਦੇ ਬਹੁਤ ਹੀ ਮਤਲਬ ਪਿਆਰੇ ਮਿੱਤਰ ਨੇ, ਬਹੁਤ ਸਾਲ ਪੁਰਾਣੀ ਇਹਨਾਂ ਦੀ ਮਿੱਤਰਤਾ ਆ। ਅਤੇ ਮੇਰੇ ਫਾਦਰ ਸਾਹਿਬ ਅਤੇ ਪ੍ਰਧਾਨ ਸਾਹਿਬ ਮਤਲਬ ਬਹੁਤ ਦੇਰ ਤੋਂ ਸੇਵਾ ਕਰ ਰਹੇ ਨੇ, ਗਰੀਬ ਕੁੜੀਆਂ ਦੇ ਵਿਆਹ ਕਰਾਉਣੇ, ਸਟੇਸ਼ਨ 'ਤੇ ਜਲ ਦੀ ਸੇਵਾ, ਸਕੂਲ ਦੇ ਬੱਚਿਆਂ ਲਈ ਹੈ ਨਾ ਕਿਤਾਬਾਂ, ਬੁੱਕਸ ਵਗੈਰਾ, ਉਹਨਾਂ ਦੀਆਂ ਯੂਨੀਫਾਰਮ, ਮਤਲਬ ਜਿਹੜੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੀ ਜ਼ਰੂਰਤ ਆ, ਹੈ ਨਾ, ਜਿਵੇਂ ਅੱਜ ਵੀ ਇਹਨਾਂ ਨੇ ਫਾਦਰ ਸਾਹਿਬ ਦੇ ਨਾਮ ਦੇ ਉੱਤੇ ਪ੍ਰਧਾਨ ਸਾਹਿਬ ਨੇ ਰਾਸ਼ਨ ਦਿੱਤਾ ਗਰੀਬ ਪਰਿਵਾਰਾਂ ਨੂੰ, 5 ਪਰਿਵਾਰਾਂ ਨੂੰ। ਸੋ ਮੇਰੇ ਫਾਦਰ ਸਾਹਿਬ ਹੁਣ ਇਸ ਦੁਨੀਆ 'ਚ ਨਹੀਂ ਹੈਗੇ ਅਤੇ ਉਹਨਾਂ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ, ਪਰ ਇਹਨਾਂ ਦੇ ਨਾਲ ਚੱਲ ਕੇ ਜੋ ਉਹਨਾਂ ਨੇ ਸੇਵਾ ਕੀਤੀ ਆ, ਜੋ ਸੇਵਾ ਨਿਭਾਈਆਂ ਨੇ ਹੁਣ ਤੱਕ ਦੀਆਂ, ਉਹਨਾਂ ਨੂੰ ਸਮਰਪਿਤ ਕਰਦੇ ਹੋਏ, ਉਹਨਾਂ ਨੂੰ ਯਾਦ ਕਰਦੇ ਹੋਏ, ਅੱਜ ਇਹਨਾਂ ਨੇ ਉਹਨਾਂ ਨੂੰ ਮਤਲਬ ਇਸ ਸੇਵਾ ਦੇ ਵਿੱਚ ਪੂਰਾ ਯੋਗਦਾਨ ਦੇ ਤੌਰ 'ਤੇ ਮਤਲਬ ਨਾਲ ਰੱਖਿਆ ਆ, ਉਹਨਾਂ ਦੀ ਯਾਦ ਨੂੰ ਨਾਲ ਰੱਖਿਆ। ਅਤੇ ਮੈਂ ਸਾਰੇ ਮਤਲਬ ਟੀਮ ਦਾ ਧੰਨਵਾਦ ਕਰਦਾ ਕਿ ਮੇਰੇ ਫਾਦਰ ਸਾਹਿਬ ਨੂੰ
ਅੱਜ ਵੀ ਮਤਲਬ ਪਿਆਰ ਕਰਦੇ ਨੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਲੋਕਾਂ ਦੇ ਵਿੱਚ ਜਿਹੜੀ ਸੇਵਾ ਦਾ ਭਾਵਨਾ ਹੈਗੀ ਆ ਜਾਂ ਜਿਨ੍ਹਾਂ ਦੀ ਜ਼ਰੂਰਤ ਹੈ ਉਹਨੂੰ ਪੂਰਾ ਕਰਨ ਦੇ ਵਿੱਚ ਇਹ ਸਹਿਯੋਗ ਕਰ ਰਹੇ ਨੇ ਅਤੇ ਮੈਂ ਮਤਲਬ ਕੋਸ਼ਿਸ਼ ਕਰਾਂਗਾ ਕਿ ਮੈਂ ਆਪਣੇ ਫਾਦਰ ਸਾਹਿਬ ਵਾਂਗ ਮੈਂ ਵੀ ਮਤਲਬ ਕੋਸ਼ਿਸ਼ ਕਰਾਂ ਵੀ ਇਹਨਾਂ ਦੇ ਨਾਲ ਸੇਵਾ ਨਿਭਾ ਸਕਾਂ ਅਤੇ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲ ਸਕਾਂ। ਧੰਨਵਾਦ ਜੀ। ਪੁਰਾਣੇ ਸਾਥੀ ਤੇਜਾ ਸਿੰਘ ਦਾ ਪਰਿਵਾਰ ਵੀ ਜਿਹੜਾ ਇੱਥੇ ਵਿਸ਼ੇਸ਼ ਤੌਰ 'ਤੇ ਪਹੁੰਚਿਆ ਹੈ ਅਤੇ ਅਮਨ ਉਹਨਾਂ ਦਾ ਬੇਟਾ ਜਿਹਨੇ ਕਿਹਾ ਕਿ ਚੰਗਾ ਉਪਰਾਲਾ ਦੇ ਕੇ ਉਹ ਇਹ ਵੀ ਹੁਣ ਇਸ ਸੰਸਥਾ ਨਾਲ ਜੁੜੇ ਹੋਏ ਨੇ ਅਤੇ ਲਗਾਤਾਰ ਇਹਨਾਂ ਨਾਲ ਜੁੜੇ ਰਹਿਣਗੇ। ਡਾਕਟਰ ਗਗਨਦੀਪ ਸਿੰਘ ਬੱਤਰਾ ਜਿਹੜੇ ਕਿ ਸਮਾਜ ਸੇਵਕ ਨੇ, ਸਮਾਜ ਸੇਵਾ ਵਿੱਚ ਅਹਿਮ ਯੋਗਦਾਨ ਪਾਉਂਦੇ ਰਹਿੰਦੇ ਨੇ। ਬੱਤਰਾ ਸਾਹਿਬ ਕਿੱਦਾਂ ਦੇਖਦੇ ਹੋ ਜਿਹੜਾ ਭਾਈ ਸਾਹਿਬ ਦਾ ਜਿਹੜਾ ਉਪਰਾਲਾ, ਗਗਨ ਜਿਹੜੇ ਜਗਜੀਵਨ ਜੀ ਦਾ ਉਪਰਾਲਾ ਕਿੱਦਾਂ ਦੇਖਦੇ ਹੋ? ਪਹਿਲਾਂ ਤਾਂ ਮੈਂ ਅਜੀਤ ਟੀਵੀ ਦਾ ਬਹੁਤ ਧੰਨਵਾਦ ਕਰਦਾ ਜੀ ਆਖ ਦਾ, ਜੋ ਕੋਈ ਵੀ ਸਮਾਜ ਸੇਵੀ ਸੰਸਥਾ ਕੋਈ ਵੀ ਕੰਮ ਕਰਦੀ ਤੁਸੀਂ ਪਹਿਲਾਂ ਕਵਰੇਜ ਕਰਦੇ। ਜਗਜੀਵਨ ਸਿੰਘ ਜੀ ਉਹਨਾਂ ਨੂੰ ਮੈਂ ਬੜੇ ਸਾਲਾਂ ਤਕਰੀਬਨ 10-12 ਸਾਲਾਂ ਤੋਂ ਵੇਖਦਾ ਵਾਂ। ਜਦੋਂ ਇਹ ਸ਼ਬਦ ਚੌਂਕੀ 'ਚ ਸੀ ਉਦੋਂ ਇਹਨਾਂ ਨੇ ਲੱਖਾਂ ਹੀ ਸ਼ਾਇਦ ਮੇਰੇ 300-400 ਕੁੜੀਆਂ ਦੇ ਵਿਆਹ ਜਿਹੜੇ ਇਹਨਾਂ ਨੇ ਕਰਵਾਏ, ਜਿਹੜੇ ਅਨੇਕਾਂ ਹੀ ਕੈਂਪ, ਕੋਈ ਸੇਵਾ ਭਲਾਈ ਦਾ ਕੋਈ ਵੀ ਕੰਮ ਹੋਵੇ ਇਹ ਪਹਿਲ ਦੇ ਆਧਾਰ 'ਤੇ ਉੱਥੇ ਪਹੁੰਚਦੇ ਨੇ, ਉਹ ਕਰਦੇ ਨੇ ਅਤੇ ਬਹੁਤ ਹੀ ਕਾਬਲੇ ਤਾਰੀਫ ਨੇ ਇਹਨਾਂ। ਜਦੋਂ ਮਾਣ ਮਹਿਸੂਸ ਹੁੰਦਾ ਵੀ ਸਾਡੇ ਸ਼ਹਿਰ ਦੇ ਵਿੱਚ ਵੀ ਅਜਿਹੀਆਂ ਸੰਸਥਾਵਾਂ ਨੇ ਜਿਹੜੀਆਂ ਅਜਿਹੇ ਕੰਮ ਕਰ ਰਹੀਆਂ, ਨਵੇਕਲੇ ਉਪਰਾਲੇ ਕਰ ਰਹੀਆਂ ਨੇ, ਅਤੇ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਇਹਨਾਂ ਨੂੰ ਜਿਹੜਾ ਹੈ ਕਹਿ ਲਓ ਮੇਰੇ ਕੋਲ ਸ਼ਬਦ ਵੀ ਨਹੀਂ ਸ਼ਾਇਦ ਜੋ ਇਹਨਾਂ ਤੋਂ ਮੈਂ ਗਰਾਊਂਡ ਲੈਵਲ 'ਤੇ ਸੇਵਾ ਕਰਦੇ ਵੇਖਿਆ। ਕੋਈ ਰਾਤੀ ਇਹਨਾਂ ਦੇ ਘਰ ਆ ਜਾਵੇ ਤਾਂ ਇਹਨਾਂ ਨੇ ਨਾਲ ਤੁਰ ਪੈਣਾ, ਕੋਈ ਵੀ ਹੋਵੇ, ਕੋਈ ਰਾਜਨੀਤਿਕ ਪਾਰਟੀਆਂ ਨਾਲ ਇਹਨਾਂ ਕੋਈ ਲੈਣਾ ਦੇਣਾ ਕੋਈ ਸੰਬੰਧ ਨਹੀਂ। ਤਾਂ ਮੈਂ ਬਹੁਤ ਇਹਨਾਂ ਦਾ ਕਹਿ ਲਓ ਕਾਬਲੇ ਤਾਰੀਫ ਨੇ, ਔਰ ਇਹਨਾਂ ਨੂੰ ਮੇਰੇ ਮੁਤਾਬਕ ਮੈਂ ਕਹਿ ਹੀ ਨਹੀਂ ਸਕਦਾ, ਸ਼ਬਦ ਥੋੜ੍ਹੇ ਨੇ, ਹੋ ਸਕਦਾ ਰਾਜਨੀਤਿਕ ਪਾਰਟੀਆਂ ਲਈ ਬੜੇ ਹੋਣ ਪਰ ਥੋੜ੍ਹੇ ਨੇ। ਔਰ ਅਗਰ ਮੈਂ ਇੱਕ ਬੇਨਤੀ ਤੁਹਾਡੇ ਚੈਨਲ ਦੇ ਜ਼ਰੀਏ ਕਰਦਾ, ਕੋਈ ਵੀ ਲੋੜਵੰਦ ਹੋਵੇ ਪਰਿਵਾਰ, ਜਿਹੜਾ ਵੀ ਕਿਸੇ ਵੀ ਤਰੀਕੇ ਦਾ ਲੋੜਵੰਦ ਹੋਵੇ, ਕਿਸੇ ਨੂੰ ਨੌਕਰੀ ਦੀ ਵੀ ਲੋੜ ਹੋਵੇ, ਤਾਂ ਜਗਜੀਵਨ ਸਿੰਘ ਅਤੇ ਉਹਨਾਂ ਦੀ ਟੀਮ ਉਹਨਾਂ ਲਈ ਖੜ੍ਹੀ ਹੈ, ਕਿਉਂਕਿ ਮੈਂ ਬੜੇ ਪਰਿਵਾਰ ਇਹਨਾਂ ਕੋਲ ਭੇਜੇ ਨੇ ਔਰ ਇਹਨਾਂ ਦੀ ਸਹਾਇਤਾ ਕੀਤੀ ਹੈ ਉਹਨਾਂ ਦੀ। ਧੰਨਵਾਦ ਜੀ। ਸੋ ਤੁਸੀਂ ਜਿਹੜਾ ਭਾਈ ਸਾਹਿਬ ਨੇ ਕਿਹਾ, ਬੱਤਰਾ ਜੀ ਨੇ ਕਿਹਾ, ਜਿਹੜਾ ਉਪਰਾਲਾ ਇਹਨਾਂ ਦਾ ਉਸ ਨੂੰ ਬਿਆਨ ਕਰਨ ਲਈ ਜਿਹੜੇ ਬੋਲ ਨੇ ਥੋੜ੍ਹੇ ਨੇ, ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਯੁਰਵੈਦਿਕ ਕੈਂਪ ਹੈ ਜਿਸ ਵਿੱਚ ਲੋਕ ਜਿਹੜੇ ਜ਼ਰੂਰਤਮੰਦ ਲੋਕ ਨੇ ਉਹ ਇਸ ਵਿੱਚ ਪਹੁੰਚੇ ਨੇ ਅਤੇ ਆਯੁਰਵੈਦਿਕ ਜਿਹੜੇ ਕੈਂਪ ਦੇ ਵਿੱਚ ਜਿਹੜੇ ਜਿਸ ਤਰ੍ਹਾਂ ਦੀ ਬਿਮਾਰੀਆਂ ਨੇ ਉਸ ਤਰ੍ਹਾਂ ਦਾ ਇਲਾਜ ਜਿਹੜੇ ਡਾਕਟਰ ਸਾਹਿਬ ਦੀ ਟੀਮ ਵੱਲੋਂ ਬੈਠ ਕੇ ਕੀਤਾ ਜਾ ਰਿਹਾ ਹੈ ਅਤੇ ਦੱਸਿਆ ਜਾ ਰਹੇ ਨੁਸਖੇ ਦੱਸੇ ਜਾ ਰਹੇ ਨੇ। ਇਸ ਤੋਂ ਇਲਾਵਾ ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਉਹ ਵੀ, ਸ਼ਹਿਰੀ ਪ੍ਰਧਾਨ ਉਹ ਵੀ ਪਹੁੰਚੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਸ਼੍ਰੋਮਣੀ ਕਮੇਟੀ ਦੇ ਜਿਹੜੇ ਜੂਨੀਅਰ ਮੀਤ ਪ੍ਰਧਾਨ ਨੇ ਉਹ ਵੀ ਪਹੁੰਚੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹ ਜਿਹੜਾ ਉਪਰਾਲਾ ਕਿੱਦਾਂ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਬੇਬੇ ਨਾਨਕੀ ਜੀ ਸਾਸਾ ਭੋਜਨ ਸੇਵਾ ਸੁਸਾਇਟੀ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕਰਾਏ ਗਏ, ਉੱਥੇ ਆਉਣ ਦਾ ਮੌਕਾ ਮਿਲਿਆ, ਸੰਗਤਾਂ ਦੇ ਦਰਸ਼ਨ ਕਰਨ ਦਾ, ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨ ਦਾ ਮੌਕਾ ਮਿਲਿਆ। ਇਹ ਜਿਹੜਾ ਇਹਨਾਂ ਨੇ 2 ਸਾਲ ਤੋਂ ਚਲਾਇਆ ਹੋਇਆ ਬਹੁਤ ਵਧੀਆ ਉਪਰਾਲਾ ਹੈ ਅਤੇ ਇਸ ਤਰ੍ਹਾਂ ਹੀ ਆਪਾਂ ਜੇ ਅੱਜ ਇਹਨਾਂ ਦੇ ਨਾਲ ਸਹਿਯੋਗ ਕਰੀਏ ਤਾਂ ਇਹ ਬਹੁਤ ਵਧੀਆ ਇਹ ਤਰੀਕੇ ਦੇ ਨਾਲ ਚਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੇਬੇ ਨਾਨਕੀ ਭੋਜਨ ਸੁਸਾਇਟੀ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕਰਾਏ ਗਏ, ਜਿਹੜੇ ਕਿ ਹਰੇਕ ਸਾਲ ਦੀ ਤਰ੍ਹਾਂ ਉਹਨਾਂ ਨੇ ਬੜਾ ਵਧੀਆ ਤਰੀਕੇ ਦੇ ਨਾਲ ਜਿਹੜਾ ਗੁਰੂ ਮਹਾਰਾਜ ਨੂੰ ਯਾਦ ਕਰਦੇ ਨੇ ਔਰ ਗੁਰੂਆਂ ਨੂੰ ਯਾਦ ਕਰਕੇ ਜਿੱਥੇ ਮਹਾਰਾਜ ਦਾ ਓਟ ਆਸਰਾ ਲੈਂਦੇ ਨੇ ਉੱਥੇ ਸੇਵਾ ਸੁਸਾਇਟੀ ਸੁਖਮਨੀ ਸਾਹਿਬ ਦੀਆਂ ਬੀਬੀਆਂ ਵੱਧ ਤੋਂ ਵੱਧ ਆ ਕੇ ਜਿਹੜੀਆਂ ਇੱਥੇ ਸੇਵਾ ਕਰਦੀਆਂ ਨੇ। ਮੈਂ ਸਮੁੱਚੀ ਇਸ ਕਮੇਟੀ ਦਾ ਤਹਿ ਦਿਲੋਂ ਧੰਨਵਾਦੀ ਹੈ ਔਰ ਜਿਨ੍ਹਾਂ ਨੇ ਸਾਨੂੰ ਬੁਲਾ ਕੇ ਗੁਰੂ ਮਹਾਰਾਜ ਦੇ ਚਰਨਾਂ ਨਾਲ ਨਤਮਸਤਕ ਹੋਣ ਦਾ ਸਮਾਂ ਦਿੱਤਾ ਔਰ ਸੰਗਤਾਂ ਦੇ ਦਰਸ਼ਨ ਕਰਾਏ। ਔਰ ਮੈਂ ਹਮੇਸ਼ਾ ਜਦੋਂ ਵੀ ਇਹ ਕੋਈ ਵੀ ਸਾਨੂੰ ਹੁਕਮ ਲਾਉਣਗੇ ਸ਼੍ਰੋਮਣੀ ਕਮੇਟੀ ਵੱਲੋਂ ਮੈਂ ਇਹਨਾਂ ਦਾ ਧੰਨਵਾਦ ਨਾਲ
ਸੇਵਾ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਇਹਨਾਂ ਦਾ ਉਪਰਾਲਾ ਚੱਲ ਰਿਹਾ। ਇੱਥੇ ਕੋਈ ਵੀ ਪ੍ਰਾਣੀ ਜਿਹੜਾ ਆ ਕੇ ਲੰਗਰ ਛਕ ਸਕਦਾ, ਕੋਈ ਵੀ ਇੱਥੋਂ ਭੁੱਖਾ ਨਹੀਂ ਜਾਂਦਾ। ਸੋ ਇੱਕ ਇਹਨਾਂ ਨੇ ਲੰਗਰ ਦੇ ਨਾਲ ਨਾਲ ਦਸਤਾਰਾਂ ਦੇ ਲੰਗਰ, ਅਤੇ ਉਹਦੇ ਨਾਲ ਨਾਲ ਇਹਨਾਂ ਨੇ ਬੱਚਿਆਂ ਦੇ ਵਿਆਹ ਜਿਹੜੀਆਂ ਕਿ ਆਪਣੇ ਪਿਤਾ ਤੋਂ ਵੱਖ ਹੋ ਗਈਆਂ ਸੀਗੀਆਂ, ਉਹਨਾਂ ਦੇ ਪਿਤਾ ਇਸ ਦੁਨੀਆਂ 'ਚੋਂ ਨਹੀਂ ਰਹੇ, ਅਤੇ ਲੜਕੀਆਂ ਦੇ ਵਿਆਹ ਵੀ ਇਹਨਾਂ ਨੇ ਫਾਊਂਡੇਸ਼ਨ ਵੱਲੋਂ ਕਰਾਏ ਨੇ। ਸੋ ਇਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬੇਬੇ ਨਾਨਕੀ ਸੇਵਾ ਰਸੋਈ ਦੇ 2 ਸਾਲ ਪੂਰੇ ਹੋਣ ਦੇ ਖੁਸ਼ੀ ਵਿੱਚ ਅੱਜ ਬੇਬੇ ਨਾਨਕੀ ਸੇਵਾ ਰਸੋਈ ਵੱਲੋਂ ਇਹ ਉਪਰਾਲਾ ਜਿਹੜਾ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ, ਜਿਸ ਵਿੱਚ ਸ਼ਹਿਰ ਦੇ ਪਤਵੰਤੇ ਸੱਜਣਾਂ ਦੇ ਨਾਲ ਨਾਲ ਜ਼ਰੂਰਤਮੰਦ ਲੋਕ ਵਿਸ਼ੇਸ਼ ਤੌਰ 'ਤੇ ਪੁੱਜੇ ਨੇ। ਤੁਸੀਂ ਦੇਖ ਸਕਦੇ ਹੋ ਕਿ ਹਰ ਸਾਲ ਬੇਬੇ ਨਾਨਕੀ ਸੇਵਾ ਰਸੋਈ ਵੱਲੋਂ ਇਹ ਵਿਲੱਖਣ ਉਪਰਾਲਾ ਕੀਤਾ ਜਾਂਦਾ ਹੈ। ਤੁਸੀਂ ਜਿੱਥੇ ਕਿ ਜ਼ਰੂਰਤਮੰਦਾਂ ਲਈ ਸੇਵਾ ਦਾ ਉਪਰਾਲਾ ਕੀਤਾ ਗਿਆ ਹੈ, ਸਾਈਂ ਕਿਰਪਾ ਆਈਸ ਚਿਲਡਰਨ ਹੋਸਪਿਟਲ ਦੇ ਸਹਿਯੋਗ ਨਾਲ ਅੱਖਾਂ ਦਾ ਕੈਂਪ ਜਿਹੜਾ ਇੱਥੇ ਲਗਾਇਆ ਗਿਆ, ਖਾਲਸਾ ਸਾਜਨਾ ਦਿਵਸ ਮੌਕੇ 'ਤੇ ਸੰਸਥਾ ਦੇ 2 ਸਾਲ ਪੂਰੇ ਹੋਣ 'ਤੇ ਇਹ ਜਿਹੜਾ ਕੈਂਪ ਲਗਾਇਆ ਗਿਆ, ਜਿੱਥੇ ਕਿ ਜ਼ਰੂਰਤਮੰਦ ਜਿਹੜੇ ਲੋਕ ਨੇ ਉਹਨਾਂ ਦੀਆਂ ਅੱਖਾਂ ਦੇ ਚੈੱਕਅਪ ਅਤੇ ਜਿਹੜੇ ਆਪਰੇਸ਼ਨ ਨੇ ਉਹ ਕੀਤੇ ਜਾਣਗੇ। ਅਤੇ ਇਸ ਮੌਕੇ ਸ਼ਹਿਰੀ ਪ੍ਰਧਾਨ ਨੇ ਜਿਹੜੇ ਮਨਮੋਹਨ ਸਿੰਘ ਮੁਗਾਰੋਪੁਰ, ਅਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰੀਆ, ਅਤੇ ਕੈਪਟਨ ਸੇਵਾ ਸਿੰਘ, ਅਤੇ ਸਾਡੇ ਸੋਨੂ ਚੀਮਾ ਜੀ ਜਿਹੜੇ ਜਗਦੀਪ ਸਿੰਘ ਚੀਮਾ ਦੇ ਸਪੁੱਤਰ ਨੇ, ਉਹ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ, ਅਤੇ ਹੋਰ ਵੀ ਜਿਹੜੀਆਂ ਉੱਘੀਆਂ ਸ਼ਖਸੀਅਤਾਂ ਇੱਥੇ ਵਿਸ਼ੇਸ਼ ਤੌਰ 'ਤੇ ਪਹੁੰਚੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਜ਼ਰੂਰਤਮੰਦ ਲੋਕ ਨੇ ਉਹ ਇਸ ਕੈਂਪ ਦਾ ਹਿੱਸਾ ਬਣੇ ਨੇ, ਅਤੇ ਇਸ ਕੈਂਪ ਤੋਂ ਸੁਵਿਧਾ ਪ੍ਰਾਪਤ ਕਰ ਰਹੇ ਨੇ। ਬੀਜੇਪੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸਰਦਾਰ ਦਿਦਾਰ ਸਿੰਘ ਭੱਟੀ ਵੀ ਇਸ ਵਿੱਚ ਇਸ ਕੈਂਪ ਵਿੱਚ ਜਿਹੜੇ ਜਗਜੀਵਨ ਸਿੰਘ ਵੱਲੋਂ ਜਿਹੜਾ ਇਸ ਵਿਸਾਖੀ ਦੇ ਮੌਕੇ ਉਪਰਾਲਾ ਕੀਤਾ ਗਿਆ ਉਸ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਵੀ ਜਿਹੜਾ ਇਸ ਇਹਨਾਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਕਿੱਦਾਂ ਦੇਖਦੇ ਹੋ? ਭੱਟੀ ਸਾਹਿਬ, ਜਗਜੀਵਨ ਸਿੰਘ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਸਮਾਜ ਸੇਵਾ ਵਿੱਚ ਯੋਗਦਾਨ ਪਾਇਆ ਜਾ ਰਿਹਾ, ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਵਧੀਆ, ਭਰਪੂਰ ਯੋਗਦਾਨ ਹਰ ਸਮਾਜਿਕ ਖੇਤਰ ਦੇ ਵਿੱਚ ਸਾਡੇ ਭਰਾ ਸਰਦਾਰ ਜਗਜੀਵਨ ਸਿੰਘ ਹੋਣੀ, ਇਹਨਾਂ ਦੇ ਸਾਰੇ ਦੋਸਤ ਮਿੱਤਰ ਰਲ ਕੇ ਦੇ ਰਹੇ ਆ। ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਬੇਬੇ ਨਾਨਕੀ ਰਸੋਈ ਦੇ 2 ਸਾਲ ਪੂਰੇ ਹੋਣ 'ਤੇ ਇਹਨਾਂ ਨੇ ਵੱਖਰੇ ਵੱਖਰੇ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਆ, ਜਿਹਦੇ ਵਿੱਚ ਅੱਖਾਂ ਦਾ ਮੁਫਤ ਚੈੱਕਅਪ ਕੈਂਪ, ਦਵਾਈਆਂ ਦਾ ਲੰਗਰ, ਨਾਲ ਆਯੁਰਵੈਦਿਕ ਜਿਹੜਾ ਦੇਸੀ ਤਰੀਕਾ ਹੈਗਾ ਏਜ ਲੌਂਗ ਇੱਕ ਵਿਧੀ ਹੈਗੀ ਆ ਸਰੀਰ ਨੂੰ ਤੰਦਰੁਸਤ ਰੱਖਣ ਦੀ, ਰੋਗਾਂ ਤੋਂ ਦੂਰ ਰਹਿਣ ਦੀ, ਉਹਦੇ ਵਾਸਤੇ ਵੀ ਬਹੁਤ ਵੱਡਾ ਇੱਕ ਚੈੱਕਅਪ ਦੇ ਨਾਲ ਨਾਲ ਦਵਾਈਆਂ ਦਾ ਲੰਗਰ, ਉਹਨਾਂ ਦਸਤਾਰਾਂ ਦਾ ਲੰਗਰ, ਔਰ ਹੋਰ ਬਹੁਤ ਸਾਰਾ ਸੁਖਮਨੀ ਸਾਹਿਬ ਜੀ ਦੇ ਜਿਹੜੇ ਆ ਜਾਪ ਕਰਵਾਏ ਗਏ ਆ। ਮੈਂ ਸਮਝਦਾ ਕਿ ਇਹਦੇ ਨਾਲ ਇੱਕ ਜਿਹੜਾ ਇਹਨਾਂ ਨੇ ਪ੍ਰਾਪਤੀ ਆ, ਇਹ ਬਹੁਤ ਵਧੀਆ ਲੋਕਾਂ ਨੂੰ ਥੋੜ੍ਹੇ ਪੈਸਿਆਂ ਦੇ ਵਿੱਚ ਜਿਹੜਾ ਵਧੀਆ ਲੰਗਰ ਛਕਾਉਣ ਦੀ ਜਿਹੜਾ ਹੈਗਾ ਇਹ ਬਿਨਾਂ ਕਿਸੇ ਪ੍ਰੋਫਿਟ ਤੋਂ ਬਹੁਤ ਵੱਡੇ ਉਪਰਾਲੇ ਨੇ, ਇਹਨਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਆ। ਵੈਸੇ ਵੀ ਇਹ ਕੌਮ ਦੀਆਂ ਦੇ ਸਰੋਕਾਰਾਂ ਨਾਲ ਜੁੜੇ ਹੋਏ ਜਿਹੜੇ ਵੀ ਸਾਡੇ ਸ਼ਹਿਰ ਦੇ ਸਾਡੇ ਜ਼ਿਲ੍ਹੇ ਦੇ ਕੋਈ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਆ, ਔਰ
ਖਾਲਸੇ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਕੋਈ ਵੀ ਪ੍ਰੋਗਰਾਮ ਹੋਵੇ ਉਹਦੇ ਵਿੱਚ ਭਰਪੂਰ ਯੋਗਦਾਨ ਦਿੰਦੇ ਹਾਂ। ਮੈਂ ਇਹਨਾਂ ਦੀਆਂ ਸੇਵਾਵਾਂ ਦੀ ਪੁਰਜ਼ੋਰ ਸ਼ਬਦਾਂ 'ਚ ਇਹਨਾਂ ਦੀ ਇਹਨਾਂ ਨੂੰ ਇਹਦੇ ਵਾਸਤੇ ਵਧਾਈ ਦਿੰਦਾ ਔਰ ਬੇਨਤੀ ਕਰਦਾ ਕਿ ਤਕੜੇ ਤਰੀਕੇ ਨਾਲ ਹੋਰ ਵੀ ਇਹ ਜ਼ੋਰ ਸ਼ੋਰ ਦੇ ਨਾਲ ਇਹਨਾਂ ਕੰਮਾਂ 'ਚ ਹਿੱਸਾ ਲੈਣ। ਅਸੀਂ ਇਹਨਾਂ ਦੀ ਹਰ ਗੱਲ ਨਾਲ, ਇਹਨਾਂ ਦੇ ਸਾਡੇ ਭਰਾ ਨੇ, ਸਾਡਾ ਸਮਾਜਿਕ ਤੌਰ 'ਤੇ ਅਸੀਂ ਇਕੱਠੇ ਹਾਂ, ਅਸੀਂ ਇਹਨਾਂ ਦੇ ਨਾਲ ਹਾਂ, ਹਮੇਸ਼ਾ ਨਾਲ। ਧੰਨਵਾਦ ਜੀ ਦੀਦਾਰ ਸਿੰਘ ਭੱਟੀ ਅਤੇ ਹੋਰ ਵੀ ਜੋ ਇੱਥੇ ਪਹੁੰਚੇ ਨੇ ਲੀਡਰ ਸਾਹਿਬਾਨ, ਉਹਨਾਂ ਨੇ ਇਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਅਤੇ ਨਾਲ ਦੀ ਨਾਲ ਇਹ ਕਿਹਾ ਕਿ ਇਹ ਜਿਹੜਾ ਵੀ ਕੰਮ ਕਰਨਗੇ ਅਸੀਂ ਉਹਦਾ ਭਰਪੂਰ ਸਹਿਯੋਗ ਕਰਦੇ ਰਹਾਂਗੇ। ਅਜੀਤ ਵੈਬ ਟੀ ਵੀ ਲਈ ਕਰਨ ਸ਼ਰਮਾ ਦੇ ਨਾਲ ਜਤਿੰਦਰ ਸਿੰਘ ਰਾਠੌਰ।